ਹੱਟ ਮਿਲ ਦਿਨਾਂ। ਜੀ ਅਸਲਾਮੁ ਅਲੈਕੁਮ ਵਰਹਮਤੁਲਾਹੀ ਵਬਰਕਾਤੁ, ਕੀ ਹਾਲ ਚਾਲ ਆ ਜੀ? ਗਰਮੀ ਦੇ ਵੱਟ ਨੇ ਬੜੀ ਜਾਨ ਕੱਢੀ ਸੀ ਅਸੀਂ ਆ ਕੇ ਖੇਤਾਂ ਦੇ ਵਿੱਚ, ਅਤੇ ਸਾਨੂੰ ਫੋਲਕ ਪੰਜਾਬੀ ਗਾਣੇ ਗਾਉਣੇ ਵਾਲਾ ਬੰਦਾ ਲੱਭਿਆ, ਅਤੇ ਇਹਦੇ ਕੋਲ ਕੀ ਕਹਿੰਦੇ ਸਾਹ ਜੀ ਇਹਨੂੰ? ਹਰਮੋਨੀਆ ਵੀ ਇਹਨਾਂ ਕੋਲ ਹੈਗਾ। ਨਾਮ ਕੀ ਹੈ ਸਾਹ ਜੀ ਆਪਣਾ? ਸ਼ੇਰਬਾਜ਼ ਬੰਦਿਆਲ ਵੀ ਇਹਨਾਂ ਦਾ ਨਾਮ ਆ, ਅਤੇ ਸਾਡੇ ਨਾਲ ਮੇਰੇ ਭਾਈ ਵੀ ਬੈਠੇ ਆ, ਅਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਸਾਹ ਜੀ ਇਹ ਕਿ ਮਸ਼ੀਨ ਜੀ ਕਿੰਨੇ ਦੀ ਆਉਂਦੀ ਗੀ? ਇਹ ਤਕਰੀਬਨ ਜਨਾਬ ਹੁਣ ਤਾਂ ਮਹਿੰਗਾਈ ਦਾ ਦੌਰ ਹੈ। ਅੱਛਾ, ਔਰ ਇਹ ਪੁਰਾਣੀ ਕੋਈ ਲਈ ਹੋਈ ਹੈ? ਹਾਂ, ਪੁਰਾਣੀ ਮੈਂ ਲਈ ਸੀ 50,000। ਯਾਨੀ ਕਿ ਕਿਸ ਸੰਨ 'ਚ ਲਈ ਸੀ? ਤਕਰੀਬਨ ਅੰਦਾਜ਼ਾ ਮੋਟਾ ਜਿਹਾ? ਛੋਟਾ ਸਾਰਾ ਹੈ ਵੈਸੇ। ਅੱਛਾ, ਉਦੋਂ ਦੀ ਮੈਂ ਲਈ। ਕਿੰਨੇ ਸਾਲ ਪਹਿਲਾਂ? ਤਕਰੀਬਨ 20-22 ਸਾਲ। ਹਾਂ, ਇੰਨੇ ਕੋਲ। ਯਾਨੀ ਕਿ 20-22 ਸਾਲ ਹੋ ਗਏ। ਉਦੋਂ 50,000 ਦੀ ਇਹਨਾਂ ਨੇ ਆਹ ਵਾਲੀ ਲਈ ਸੀ, ਜਿਹੜੀ ਅਤਾਉਲਾ ਦੇ ਕੋਲ ਅਕਸਰ ਆਪਾਂ ਦੇਖਦੇ ਰਹਿੰਦੇ ਹਾਂ। ਅਤੇ ਇਹ ਸਰੈਕੀ ਗੀਤਾਂ ਦੇ ਬਹੁਤ ਵੱਡੇ ਹੈਗੇ ਗੁਲੂਕਾਰ, ਅਤੇ ਮੁਹੰਮਦ ਹੁਸੈਨ ਬੰਦਿਆਲਵੀ ਦੇ ਸ਼ਾਗਿਰਦ। ਠੀਕ ਹੋ ਗਿਆ ਜੀ, ਸ਼ੇਰਬਾਜ਼ ਬੰਦਿਆਲਵੀ। ਠੀਕ ਹੈ ਜੀ, ਅਤੇ ਇਹ ਹੈਗਾ ਇਹਨਾਂ ਦਾ ਨਾਮ, ਅਤੇ ਤੁਸੀਂ ਟਿਕਟੋਕ 'ਤੇ ਵੀ ਆਈਡੀ ਹੈਗੀ ਆਪਣੀ? ਹਾਂ ਜੀ। ਯੂਟਿਊਬ 'ਤੇ ਵੀ ਹੈਗੀ ਆ? ਜੀ ਹੈਗੀ, ਕੋਈ ਰੰਗ 'ਤੇ ਵੀ। ਅੱਛਾ, ਫੰਕਸ਼ਨਾਂ 'ਤੇ ਵੀ ਜਾਂਦੇ ਆ? ਹਾਂ ਜੀ। ਅਤੇ ਕਿ ਪਿੱਛੋਂ ਕਿਹੜੇ ਜ਼ਿਲ੍ਹੇ ਤੋਂ ਆ ਜੀ? ਸ਼ਹਿਰ ਸਰਗੋਧੇ ਚੱਕੀਆਂ ਜਾਲ। ਸਰਗੋਧਾ ਸ਼ਹਿਰ ਚੱਕੀਆਂ ਜਾਲ ਇਹਨਾਂ ਦਾ, 66 ਚੱਕ ਜਮਾਲੀ ਤੋਂ ਇਹ ਆਏ ਹੋਏ ਆ ਇੱਥੇ। ਅਤੇ ਠੀਕ ਹੈ ਜੀ, ਤਵੱਜੋ। ਇਹ ਵਜਾਉਣੀ ਕਿਸੇ ਕੋਲੋਂ ਸਿੱਖੀ ਆ ਜਾਂ ਆਪੇ ਹੀ ਚਲਾ ਲੈਂਦੇ ਆ ਇਹਨੂੰ? ਸਿੱਖੀ ਆ ਬਕਾਇਦਾ ਤੌਰ 'ਤੇ ਟ੍ਰੇਨਿੰਗ ਲਈ। ਕਿੰਨੀ ਦੇਰ ਕਿਹੜੇ ਉਸਤਾਦ ਕੋਲੋਂ? ਮੁਹੰਮਦ ਹੁਸੈਨ ਬੰਦਿਆਲਵੀ ਬੰਦਿਆਲਾ। ਉਹਨਾਂ ਕੋਲੋਂ ਹੀ ਸਾਰਾ ਕੁਝ ਸਿੱਖਿਆ ਇਹ? ਠੀਕ ਹੋ ਗਿਆ। ਜਿੱਥੋਂ ਦਾ ਮਲਕ ਫਰੂਖ ਬੰਦਿਆਲ। ਸਹੀ ਹੋ ਗਿਆ। ਜਿਹਦਾ ਚਲਦੀਆਂ ਗੱਡੀਆਂ ਐਸੀ ਟਾਈਮ। ਅੱਛਾ, ਐਸੀ ਟਾਈਮ ਉਹਦੇ ਆਪਣੇ ਆ? ਠੀਕ ਹੋ ਗਿਆ, ਸਹੀ ਆ। ਸਾਹ ਜੀ ਚਲੋ ਜੀ, ਸ਼ੁਰੂ ਕੋ ਸਾਨੂੰ ਸੁਣਾਓ ਫਿਰ ਅੱਜ ਕੋਈ ਗੀਤ। ਸ਼ੇਰ ਕਾਬਲੇ ਤਵੱਜੋ, ਇੱਕ ਸੋਹਣੇ ਦਾ ਸ਼ੇਰ। ਮਤਲਬ ਖਤਮ ਮੰਨੇ ਇਹ ਮਾਂ ਪਿਓ ਨੂੰ ਵੀ ਘੱਟ ਮਿਲਦੇ। ਘੁੱਟ ਘੁੱਟ ਗਮਗੀਨ ਮੁਕਾ ਦਿੰਦੇ ਨਾ, ਜਿਵੇਂ ਮੁਦਤ ਦੇ ਵਿਛੜੇ ਜੱਟ ਮਿਲਦੇ ਨਾ। ਹਲਾਲੀ ਕੈਸਰ ਹੱਟੀ ਉਜੜ ਗਿਆ ਤੇ ਸਾਈਂ ਹੁੰਦੇ। ਕਿਆ ਬਾਤ ਹੈ ਭਾਈ, ਕਿਆ ਬਾਤ। ਦਰਦੇ ਦਿਲ ਗੈਨੀ ਅਸਾ ਤਗਰੀ ਪਾਸੇ ਬੰਦੇ ਰੱਜ ਰੋਏ ਮਿਲ ਗਏ। ਮੈਂ ਛੋੜ ਮੇਰੀ ਵੀਣੀ ਮੰਗਾ ਨਾ ਮੇਰੀਆਂ ਫਨ ਮਾਇਆ। ਮੈਂ ਛੋੜ ਮੇਰੀ ਵੀਣੀ ਮੰਗਾ
ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਂ ਕਹਿੰਦਾ ਬਾਈ ਜੀ, ਬੜੀ ਆਵਾਜ਼ ਆ ਤੁਹਾਡੀ, ਸੁਰੀਲੀ ਆਵਾਜ਼ ਆ, ਓਰਿਜਨਲ ਸਿੰਗਰ ਆ। ਮੈਂ ਕਹਿੰਦਾ ਵੀ ਬਹੁਤ ਸੋਹਣਾ ਗੁਰੂਕਾਰ ਆ। ਚੰਗਾ ਵਾ, ਠੀਕ ਆ, ਸਹੀ ਹੋ ਗਿਆ। ਅਤੇ ਇਹ ਤਕਰੀਬਨ ਕਿ ਉਦੋਂ ਤੋਂ ਇਹ ਕੰਮ ਸ਼ੌਕ ਰੱਖੇ ਆ, ਨਾਲ ਨਾਲ ਆਪਣਾ ਢੱਗੇ ਬੱਚਿਆਂ ਦਾ ਵੀ ਕਰਦੇ ਆ, ਆਪਣਾ ਕੰਮ ਵੀ ਕਰਦੇ ਆ। ਮੈਂ ਸਿਰਫ ਇੱਥੇ ਮਿਸਾਲ ਹੈ, ਸ਼ੁਗਲ ਮਾਰੇ ਆ ਜਾਂਦਾ ਇੱਦਾਂ। ਅੱਛਾ, ਛੇ ਛੇ ਮਹੀਨੇ ਇੱਥੇ ਹੀ ਰਹਿੰਦੇ ਆ ਪਿੰਡ ਹੀ? ਇੱਥੇ ਹੀ ਪਿੰਡ ਹੀ। ਅੱਛਾ, ਅਤੇ ਫਿਰ ਵਾਪਸ ਫਿਰ ਸਰਗੋਧੇ ਹੀ ਜਾਣਾ ਇੱਥੋਂ? ਹਾਂ, ਸਰਗੋਧੇ, ਆਪਣਾ ਪਿੰਡ ਆ, ਆਪਣਾ ਚੱਕ, ਆਪਣੇ ਘਰ ਮਕਾਨ। ਪੰਜਾਬੀ ਠੋਸ ਇਹ ਨੀ ਸੁਣਦੇ, ਸਰੈਕੀ ਸਰੈਕੀ ਲਈਆ ਪੱਖਰ ਹੋ ਗਿਆ, ਮੁਲਤਾਨ ਸਾਈਡ ਹੋ ਗਿਆ, ਬਹਾਵਲਪੁਰ ਸਾਈਡ ਹੋ ਗਿਆ, ਇਹ ਜ਼ਿਆਦਾ ਸੁਣਦੇ ਆ। ਡੇਰਾ ਇਸਮਾਇਲ ਖਾਨ ਜਿੰਨੇ ਵੀ ਸਰੈਕੀ, ਹਾਂ ਸਾਰੇ, ਉਹ ਸਾਰੀ ਸਾਈਡ ਜ਼ਿਆਦਾ ਚੱਲਦੀ ਹੈ। ਅਤੇ ਅਤਾਉਲਾ ਖਾਨ ਈਸਵੀ ਨੇ ਵੀ ਉੱਥੋਂ ਹੀ ਆਪਣਾ ਸਾਰਾ ਕੀਤਾ ਸਿਸਟਮ, ਉੱਥੋਂ ਹੀ ਉਹ ਕਾਮਯਾਬ ਹੋਇਆ ਮੀਆਂ ਵਾਲੀ ਤੋਂ ਹੀ। ਉਹ ਵੀ ਤੁਹਾਡੇ ਲਾਗੇ ਹੀ ਆ, ਸਰਗੋਧੇ ਨਾਲ ਹੀ ਆ ਮੀਆਂ ਵਾਲੀ, ਹੈ ਨਾ? ਸਹੀ ਆ। ਅਤੇ ਜੁਮਾ ਵੀ ਹੈਗਾ, ਅਤੇ ਜੁਮਾ ਪੜ੍ਹਦੇ ਹੁੰਦੇ ਹਾਂ। ਅਤੇ ਹੁਣ ਟਾਈਮ ਹੋਣੇ ਵਾਲਾ, ਆਪਾਂ ਚੱਲੀਏ, ਜੁਮੇ 'ਚ ਥੋੜ੍ਹੀਆਂ ਮਿੰਟਾਂ ਰਹਿੰਦੀਆਂ, ਹੁਣ ਇਹਨੂੰ ਆਪਾਂ ਬੰਦ ਕਰੀਏ ਅਤੇ ਚੱਲੀਏ। ਸਾਰੇ ਭਾਈ ਠੀਕ ਆ ਜੀ? ਆ ਜਾਓ, ਜੁਮਾ ਪੜ੍ਹੀਏ, ਫਿਰ ਇਹਨੂੰ ਹੁਣ ਆਪਾਂ ਬੰਦ ਕਰ ਦਈਏ।